ਦੇ ਚੀਫ ਸੈਕਟਰੀ ਨੇ ਲਿਖ ਕੇ ਦੱਸਤਾ ਮੁੱਖ ਸਕੱਤਰ ਨੇ ਕਿਰਪਾ ਸ਼ੰਕਰ ਸਰੋਜ ਜੀ ਨੇ ਕਿ 303 ਕਰੋੜ ਦਾ ਕਫਲਾ ਹੋਇਆ ਇਹ ਵੀ ਇਲਜ਼ਾਮ ਕਾਂਗਰਸ ਦੀ ਸਹੀ ਸਾਡੇ 4 ਸਾਲ ਦੀ ਸਰਕਾਰ ਮਾਨਯੋਗ ਸਾਧੂ ਧਰਮਸੋਤ ਤੇ ਲਗਾ ਰਾਜੇ ਦਾ ਕਰਿੰਦਾ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਚਰਨਜੀਤ ਸਿੰਘ ਚੰਨੀ ਅੱਧੀਆਂ ਰਾਤਾਂ ਨੂੰ ਗੰਦੇ ਸੁਨੇਹੇ ਭੇਜਦਾ ਕਾਂਗਰਸ ਦੇ ਕੱਪੜਿਆਂ ਦੀ ਪੰਡ ਗੂਗਲ ਦੇ ਉੱਤੇ ਇਨਫੋਰਮੇਸ਼ਨ ਪਈ ਆ 80 ਲੱਖ ਕਰੋੜ ਦਾ ਕਫੜਾਬਾਜੀ ਆਜ਼ਾਦੀ ਦੇ 74 ਸਾਲਾਂ ਦੇਸ਼ ਵਿੱਚ ਹੋਈ ਜਿਹੜਾ ਖਾਲਸੇ ਦੀ ਜਨਮ ਹੋਏ ਨੰਬਰ 700 ਐਮਪੀ ਬਣਿਆ ਪਰਸੋਂ ਚੌਕ ਬਿਆਨ ਦਿੰਦਾ ਇਹ ਕਾਂਗਰਸ ਦਲ ਤੇ ਬਸਪਾ ਦਾ ਸਮਝੌਤਾ ਹੋ ਗਿਆ ਉਹਦੀ ਬਾਡੀ ਲੈਂਗੁਏਜ ਇੱਦਾਂ ਦੀ ਸੀ ਹੈ ਸਮਝੌਤਾ ਹੋ ਗਿਆ ਹੈ ਅਕਾਲੀ ਦਲ ਨੇ ਪਵਿੱਤਰ ਸ਼੍ਰੀ ਅਨੰਦਪੁਰ ਸਾਹਿਬ ਪਵਿੱਤਰ ਸ਼੍ਰੀ ਚਮਕੌਰ ਸਾਹਿਬ ਇਹ ਸੀਟਾ ਹੈ ਬਹੁਜਨ ਸਮਾਜ ਪਾਰਟੀ ਨੂੰ ਦੇਤੀਆਂ ਦਲਤਾਂ ਨੂੰ ਦੇਤੀਆਂ ਬਹੁਜਨ ਸਮਾਜ ਪਾਰਟੀ ਦੇ ਲੀਗਲ ਸੈੱਲ ਵੱਲੋਂ ਬਠਿੰਡੇ ਕੰਪਲੇਂਟ ਦਰਜ ਕਰਾਈ ਹੈ ਕੱਲ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਇਕੱਠੇ ਹੋ ਕੇ ਜਲੰਧਰ ਕਾਂਗਰਸ ਦਾ ਤੇ ਬਿੱਟੂ ਦਾ ਪੁਤਲਾ ਫੂਕਿਆ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਸ਼ ਨੂੰ ਘੇਰਨ ਦਾ ਪ੍ਰੋਗਰਾਮ ਬਹੁਜਨ ਸਮਾਜ ਪਾਰਟੀ ਦੇ ਸ਼ਾਮਲ ਹੋਏ ਇਸ ਸਾਂਝੇ ਗੱਠਜੋੜ ਦੇ ਪਹਿਲੇ ਪ੍ਰੋਗਰਾਮ ਵਿੱਚ ਸਮੁੱਚੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਮੰਚ ਤੇ ਬਿਰਾਜਮਾਨ ਸਮੁੱਚੀ ਲੀਡਰਸ਼ਿਪ ਗੱਜ ਕੇ ਬੁਲਾਈਏ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਪੰਜਾਬ ਦੇ ਹਿੱਤਾਂ ਲਈ ਕਿਸਾਨ ਦੇ ਹਿੱਤਾਂ ਲਈ ਪੰਜਾਬ ਦੇ ਪਛੜਾ ਵਰਗ ਦਲਿਤ ਵਰਗ ਦੇ ਹਿੱਤਾਂ ਲਈ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਹੈ ਉਹਨਾਂ ਨੇ ਉਹੀ ਗੱਠਜੋੜ ਉਹੀ ਸੁਪਨਾ ਜਿਹੜਾ ਸੁਪਨਾ ਦਸ਼ਮੇਸ਼ ਪਿਤਾ ਨੇ ਲਿਆ ਸੀ ਖਾਲਸੇ ਦੀ ਜੰਮਣ ਪੋਏ ਸ਼੍ਰੀ ਅਨੰਦਪੁਰ ਸਾਹਿਬ ਤੋਂ ਲਿਆ ਸੀ ਮਾਨਸ ਕੀ ਜਾਤੀ ਸਭਾ ਇੱਕੇ ਪਹਿਚਾਣਵੋ ਜਿਹੜਾ ਸੁਪਨਾ ਦਸ਼ਮੇਸ਼ ਪਿਤਾ ਨੇ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਲਿਆ ਸੀ ਇਨ ਗਰੀਬ ਸਿੱਖਣ ਕੋ ਦਹਿ ਪਾਤਸ਼ਾਹੀ ਜਿਹੜਾ ਸੁਪਨਾ ਪਰਮ ਪੂਜੇ ਬਾਬਾ ਸਾਹਿਬ ਅੰਬੇਡਕਰ ਨੇ 1951 ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜਦੋਂ ਮੱਥਾ ਟੇਕਣ ਆਏ ਸੀ ਲਿਆ ਸੀ ਜਿਹੜਾ ਸੁਪਨਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਮਾਨਯਵਰ ਸਾਬਕਾ ਸ਼੍ਰੀ ਰਾਮ ਜਿਹੜਾ ਸੁਪਨਾ 1996 ਚ ਲਿਆ ਸੀ ਉਸੇ ਸੁਪਨੇ ਨੂੰ ਪੰਜਾਬ ਦੀ ਧਰਤੀ ਤੇ ਪੂਰਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸਤਿਕਾਰਯੋਗ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਜੋ ਉਸ ਸੁਪਨੇ ਨੂੰ ਪੂਰਾ ਕਰਨ ਦਾ ਅਹਿਦ ਲਿਆ ਅੱਜ ਉਸ ਅਹਿਦ ਦਾ ਪਹਿਲਾ ਕਦਮ ਹੈ ਇਹ ਪਹਿਲਾ ਕਦਮ ਮੁੱਖ ਮੰਤਰੀ ਦੀ ਕੋਠੀ ਤੇ ਰੱਖ ਕੇ ਜਿੱਦਾਂ 3 ਪੈਰ ਵਿੱਚ ਪੌਣੇ ਬਾਹਮਣ ਨੇ ਧਰਤੀ ਨਾਪ ਲਈ ਸੀ ਤੇ 3 ਪੈਰਾਂ ਦੇ ਵਿੱਚ ਪੰਜਾਬੀਅਤ ਨੂੰ ਪੰਜਾਬ ਨੂੰ ਤੇ ਘੁਟਾਲਾਕਾਰੀ ਕਾਂਗਰਸ ਨੂੰ 3 ਪੈਰ 2022 ਦੀ ਫਰਵਰੀ 'ਚ ਇਹਦੇ ਸਿਰ ਤੇ ਰੱਖ ਕੇ ਕਾਂਗਰਸ ਨੂੰ ਪਤਾਲ ਵਿੱਚ ਗਰਕ ਕਰ ਦੇਵਾਂਗੇ ਸਤਿਕਾਰਯੋਗ ਪੰਜਾਬੀਓ ਅੱਜ ਦਾ ਮੁੱਦਾ ਮਾਨਯੋਗ ਸੁਖਵੀਰ ਸਿੰਘ ਬਾਦਲ ਸਾਹਿਬ ਬੜੀ ਡਿਟੇਲ ਵਿੱਚ ਤੁਹਾਡੇ ਨਾਲ ਕਰਨਗੇ
चाहे वह कोरोना वैक्सीन के कपड़े का चाहे वह फतेह किटा का। लेकिन मैं दसना चाहना पंजाब की कांग्रेस सरकार ने साढ़े चार साल कपड़िया की झड़ी लाई है। कोरोना काल दे विच तुसी देखिया राशन बंड घटाला होया। लुधियाने के मानयोग मंत्री भारत भूषण आशू जी का नौ बोलिया जंगलात महकमे में घटाले के इल्जाम साधु सिंह धर्मसोत जी कैबिनेट मंत्री ते लगे। पोस्ट मैट्रिक स्कॉलरशिप स्कीम में कपड़ा महकमे के चीफ सैकटरी ने लिख के दसता मुख सकत्र ने कृपा शंकर सरोज जी ने कि 303 करोड़ का कपड़ा होया। यह भी इल्जाम कांग्रेस की सही साढ़े चार साल की सरकार मानयोग साधु धर्मसोत ते लगा। कपड़िया की लड़ी इल्जाम प्रस्ती की लड़ी कल कपड़िया विच नहीं बोलती। इल्जामा की लड़ी पंजाब सरकार के जेड़े प्रशासन के अधिकारी आ जेड़े महिला अधिकारी आ श्री चमकौर साहब धरती से कांग्रेस के MLA चरणजीत सिंह चन्नी से भी लगते आ। जदों पंजाब की एक धी पंजाब की एक भैन जड़ी नौकरी करती है पंजाब सरकार की वो लिखती है इल्जाम के बाबे नानक की धरती होवे सो क्यों मंदा आखिए जित जम्मे रजान ते राजे दा करिंदा। श्री चमकौर साहब की धरती ते चरणजीत सिंह चन्नी अद्धियां रातां नूं गंदे सुनेहे भेजदा। एक कांग्रेस जिहदे राज विच धी और भैण की इज्जत सुरक्षित नहीं। एक कांग्रसिया नूं नहीं बचाउंदी कल्ली। एक कांग्रेस तो बाहर इन्नी गंदी राजनीति गंदी मानसिकता इन्हां दी राजनीति करन लई एक लुधियाने च बापू आसा राम दा चेला जम पिया। दो फूल एक माली पंजाब दीआं दो फुल्लां वर्गीआं धीआं ने कहा जिहनूं पंजाब दे लोकां ने माली चुणिया ते उहदे ते इल्जाम लगे आ कोई गिरफ्तारी नहीं। 354 दे 354 ਦੇ ਕੇਸ ਇਹੋ ਜਿਹੀ ਨੈਤਿਕਤਾ ਤੋਹੀਣੀ ਕਾਂਗਰਸ ਸਰਕਾਰ ਨੈਤਿਕਤਾ ਤੋਹੀਣੀ ਆਜ਼ਾਦੀ ਦੇ 74 ਸਾਲਾਂ 'ਚ ਕਾਂਗਰਸ ਦੇ ਕੱਪੜਿਆਂ ਦੀ ਪੰਡ ਗੂਗਲ ਦੇ ਉੱਤੇ ਇਨਫੋਰਮੇਸ਼ਨ ਪਈ ਆ। 80 ਲੱਖ ਕਰੋੜ ਦਾ ਕੱਪੜਾਬਾਜ਼ੀ ਆਜ਼ਾਦੀ ਦੇ 74 ਸਾਲਾਂ 'ਚ ਦੇਸ਼ ਵਿੱਚ ਹੋਈ। ਦੇਸ਼ ਦਾ ਕਾਰੋਬਾਰ कदे किसे दलित ने नहीं सांभिया कदे किसे पछड़े ने नहीं सांभिया। देश दा कारोबार कांग्रेस ते भाजपा ने सांभिया। 80 लाख करोड़ दी आर्थिक गुंडागर्दी होई। सत्कारयोग पंजाबियो पंजाब दी कांग्रेस सरकार इन्नी गंदी मानसिकता दी मालक है के ताजा केस दलित विरोधी साबका लुधियाने दा MP मौजूदा लुधियाने का साबका श्री आनंदपुर साहब का मैंबर पार्लीमेंट मौजूदा लुधियाने का मैंबर पार्लीमेंट साबका मुख्यमंत्री श्री सरदार बेअंत सिंह का पोता जिहदे राज विच कांग्रेस की पुरशागर्दी पंजाबी लखां नौजवानों से रातों के नेरियां विच होई नदियों के कंढ़ियां ते होई दरियावां के सूहां ते होई। खालड़ा साहब मिशन कहते कि 2-3 जिलों के 30,000 पंजाबी नौजवान धियां पुत अणपछाते दस के फूक दिते। इहोजिहे मुख्यमंत्री का पोता जिहड़ा खालसे की जन्म भूमि आनंदपुर साहब तो MP बनिया परसों चौथ बयान दिंदा कि अकाली दल ते बसपा का समझौता हो गया। ਉਹਦੀ ਬਾਡੀ ਲੈਂਗੁਏਜ ਇਦਾਂ ਦੀ ਸੀ ਹੈ ਸਮਝੌਤਾ ਹੋ ਗਿਆ ਹੈ। ਅਕਾਲੀ ਦਲ ਨੇ ਪਵਿੱਤਰ ਸ਼੍ਰੀ ਆਨੰਦਪੁਰ ਸਾਹਿਬ ਪਵਿੱਤਰ ਸ਼੍ਰੀ ਚਮਕੌਰ ਸਾਹਿਬ ਇਹ ਸੀਟਾਂ ਹੈ ਬਹੁਜਨ ਸਮਾਜ ਪਾਰਟੀ ਨੂੰ ਦੇਤੀਆਂ ਦਲਤਾਂ ਨੂੰ ਦੇਤੀਆਂ। ਇਹ ਕਾਂਗਰਸ ਦੀ ਗੰਦੀ ਮਾਨਸਿਕਤਾ ਬਿੱਟੂ ਨਹੀਂ ਬੋਲਿਆ ਮੈਂਬਰ ਪਾਰਲੀਮੈਂਟ ਬਿੱਟੂ ਨਹੀਂ ਬੋਲਿਆ। ਬਿੱਟੂ ਤਾਂ ਜਦੋਂ ਆਨੰਦਪੁਰ ਸਾਹਿਬ ਦਾ MP ਸੀ
गुरु की सोच के नेड़े कितों लंघना सी। जिसदा खून खानदान पंजाबियों दे खून विच जिहदे हाथ रंगे होण, ओह खून जिहड़ा पंज साल श्री आनंदपुर साहब दा एमपी लोकां दीआं लेलड़ियां कढ के बणिया ते पंज साल नी बसां लुधियाणे दीआं तकदा रिहा ते उत्थे नूं मुड़ गया पंजां सालां बाद ते इहो जिहा मैंबर पार्लीमेंट दलतां नूं अपवित्र गिणदा है, बहुजन समाज नूं अनटचेबल गिणदा है, बहुजन समाज नूं इहो जिही गंदी मानसिकता मैनूं इह लगदा आ ए मानसिकता अमरिंदर सिंह जी दी आ, ए मानसिकता मैडम सोनिया गांधी जी दी आ, ए मानसिकता समुची कांग्रेस दी आ। अज पंजाब दी पग ते, अज पंजाब दी बहुजन समाज दी पग ते जिस पग दे उत्ते हमला कीता इसे खानदान ने 1992 तो लैके 1995 तक पंजाब पंथ और सिख दी पग ते हमला कीता सी, जेड़ा गवाया पंजाब और पंजाबियों ने इस खानदान नू बुचड़ ऑफ पंजाब दी डिग्री दित्ती। सत्कारयोग साथियो, ए बिट्टू असी ये कहना चाहुंदे आ कि असी बहुजन समाज पार्टी दे लीगल सैल वालों बठिंडे कंप्लेंट दर्ज कराई है। कल बहुजन समाज पार्टी दे वर्करां ने इकट्ठे होके जलंधर कांग्रेस दा ते बिट्टू दा पुतला फूकिया है। अज मेरी खुद दी संभली बड़ा चौर दे विच बिट्टू दा और कांग्रेस दा पुतला फूकिया है। बिट्टू साहब ने इल्जाम लाया कि बहुजन समाज पार्टी ते कांग्रेस दा गठ, बहुजन समाज पार्टी ते श्रोमणी अकाली दल दा गठजोड़ भैन कुमारी मायावती जी ने 200-300 करोड़ च कीता। इल्जाम लाया, मैं मानहानी दा नोटिस अपने वालों बहुजन समाज पार्टी दे बतौर सूबा प्रधान मानहानी दा नोटिस भेजिया आ कि बिट्टू साहब कांग्रेस जी 200-300 करोड़ ते सदो, दो खोटियां दुकियां सिद्ध कर दियो, दो खोटियां दुकियां मानहानी दा नोटिस वापस ले लांगे, नहीं तां अपना थुकिया चट्टण लई तैयार हो जा। असी बहुजन समाज दे लोग उस धरती दे उस दशमेश पिता दे जाए आ जिन्हां नूं ऐ पवित्र कहिंदा दलित समाज नूं, जिहदे बारे दशमेश पिता ने कहा सी रंगरेटे गुरु के बेटे। श्री आनंदपुर साहब दी धरती दशमेश पिता दी धरती ते रंगरेटे गुरु के बेटे कांग्रेस नूं, दलित समाज कांग्रेस नूं अपवित्र नजर आउंदा आ। श्री चमकौर साहब दी धरती बहुजन समाज पंजाब दा दलित समाज जिहनूं दशमेश पिता ने अपने हथीं कलगियां सजाइयां, इन गरीब सिखन को दो पातशाही ते कांग्रेस ते बिट्टू नूं, कांग्रेस ते रवनीत बिट्टू जी नूं ते दलित समाज पवित्र नजर आउंदा। और बहुजन समाज पार्टी चेतावनी दिंदी आ कांग्रेस नूं ते किसानां ने दिल्ली बख्श दित्ता सी, किसानां ने दिल्ली बख्श दित्ता सी बहुजन समाज दे लोग। मानजोग बिट्टू साहब तेरियां पोटियां राजनीतिक तौर ते करनगे, तैयार हो जा। कांग्रेस सरकार जड़ी दलित विरोधी मानसिकता रखती है, आजादी के 74 साल कांग्रेस ने पंजाब सब तो विलखण सूबा आ, पंजाब देश का विलखण सूबा, सिख जमात 60% है पंजाब च, दलित समाज 34-35% है। कांग्रेस की मानसिकता आ, इन्हां दी मां इंदिरा ने जिहड़ी कहिंदी सी इंडिया इज इंदिरा, इंदिरा इज इंडिया, इन्हां ने सिख समाज भी पंजाब विच कुचलिया, इन्हां ने दलित समाज भी पंजाब विच कुचलिया। अज पंजाब और पंजाबियों दे हित विच दशमेश पिता दे सुपनियां नूं पूरा करन लई सबका श्री राम दे
ਬਾਬਾ ਸਾਹਿਬ ਅੰਬੇਡਕਰ ਦੀ ਸੋਚ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਮਾਨਯੋਗ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਇਹ ਅਹਿਦ ਲਿਆ ਕਿ ਪੰਜਾਬ ਦੀ ਧਰਤੀ ਤੇ ਸਮੁੱਚੇ ਪੰਜਾਬੀ ਕਾਂਗਰਸ ਨੂੰ ਕੁਚਲਣ ਦਾ ਕੰਮ 2022 ਵਿੱਚ ਕਰਨਗੇ। ਕਾਂਗਰਸ ਇੰਨੀ ਦਲਤ ਵਿਰੋਧੀ ਆ ਕਿ ਇਹਨਾਂ ਦੇ 4 ਮੰਤਰੀ 15 ਜਨਵਰੀ ਨੂੰ ਪੀਸੀ ਕਰਦੇ ਆ। ਮਾਨਯੋਗ ਧਰਮਸੋਤ ਸਾਹਿਬ, ਮਾਨਯੋਗ ਚੰਨੀ ਸਾਹਿਬ, ਮਾਨਯੋਗ ਤ੍ਰਿਪਤ ਰਜਿੰਦਰ ਬਾਜਵਾ ਜੀ, ਮਾਨਯੋਗ ਮਨਪ੍ਰੀਤ ਸਿੰਘ ਬਾਦਲ ਸਾਹਿਬ ਇਹ ਪ੍ਰੈਸ ਨੋਟ ਜਾਰੀ ਕਰਦੇ ਆ, ਵੀਡੀਓ ਜਾਰੀ ਕਰਦੇ ਆ ਕਿ 72 ਘੰਟਿਆਂ ਦੇ ਵਿੱਚ ਕਾਲਜਾਂ ਨੂੰ ਨਿਰਦੇਸ਼, ਐਜੂਕੇਸ਼ਨ ਇੰਸਟੀਟਿਊਸ਼ਨ ਨੂੰ ਡਾਇਰੈਕਸ਼ਨ ਕਿ 72 ਘੰਟਿਆਂ 'ਚ ਰੋਲ ਨੰਬਰ ਜਾਰੀ ਕੀਤੇ, ਡਿਗਰੀਆਂ ਜਾਰੀ ਕੀਤੀਆਂ ਜਾਣ। 15 ਜੂਨ ਲੰਘ ਗਿਆ ਕੌਣਾ, ਅੱਜ ਹੀ ਆ, 6 ਮਹੀਨੇ ਹੋ ਗਏ, ਲੇਕਿਨ ਇਹਨਾਂ ਦੀ ਜੈਕ ਕਾਲਜਾਂ ਦੀ ਐਸੋਸੀਏਸ਼ਨ ਇਹ ਬਿਆਨ ਲਾਉਂਦੀ ਆ ਕਿ 2 ਲੱਖ ਵਿਦਿਆਰਥੀਆਂ ਦੇ, ਦਲਿਤ ਵਿਦਿਆਰਥੀਆਂ ਦੇ ਰੋਲ ਨੰਬਰ ਰੋਕ ਲਏ, ਕਰੋ ਕਿਆ ਕਰਨਾ। ਤੇ ਕਾਂਗਰਸ ਕਹਿੰਦੀ ਲੁੱਟੋ ਨਜ਼ਾਰੇ। ਇਹ ਕਾਂਗਰਸ ਦੀ ਦਲਿਤ ਵਿਰੋਧੀ ਮਾਨਸਿਕਤਾ। ਸੰਗਰੂਰ ਅਧਿਆਪਕ ਇਕਟੀ ਯੂਨੀਅਨ ਦਾ ਟੀਚਰ ਉਹ ਟੈਂਕੀ ਤੇ ਚੜਿਆ ਹੋਇਆ, ਕੋਈ ਕਾਂਗਰਸੀ ਪੁੱਛਣ ਨਹੀਂ। ਪੰਜਾਬ ਦੇ ਦਲਿਤ ਸਫਾਈ ਕਰਮਚਾਰੀ ਪਿਛਲੇ 1.5 ਮਹੀਨਿਆਂ ਤੋਂ ਨਗਰ ਕੌਂਸਲਾਂ ਘੇਰ ਕੇ ਬੈਠੇ ਆ। ਦਲਿਤ ਉਹ ਸਫਾਈ ਕਰਮਚਾਰੀਆਂ ਦੀ ਸਰਕਾਰ ਬਾਂਹ ਫੜਨ ਵਾਲੀ ਨਹੀਂ। ਪਟਵਾਰੀ ਪਿੱਟਦੇ ਆ ਕਿ ਅਸੀਂ ਸੈਂਕਸ਼ਨ ਪੋਸਟਾਂ ਦਾ 50% ਰਹਿ, ਕੱਚੇ ਮੁਲਾਜ਼ਮ ਕੰਟੈਕਟ ਮੁਲਾਜ਼ਮ ਪਿੱਟਦੇ ਆ ਕਿ ਸਾਨੂੰ ਪੱਕਾ ਕਰ ਦਿਓ। ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀ, 16 ਨਵੰਬਰ ਚ ਅਹਿਦ ਲੈ ਕੇ ਗਏ ਸੀ, ਪੱਕੇ ਕਰਾਂਗੇ, ਪੱਕੇ ਕਰ ਦਿਓ, ਨਹੀਂ ਕੀਤੇ। ਇਹ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ, ਪੰਜਾਬ ਦੇ ਹਿੱਤ ਦੀ ਲੜਾਈ ਹੈ, ਪੰਜਾਬੀ ਦੀ ਲੜਾਈ ਹੈ, ਪੰਜਾਬ ਦੇ ਪਾਣੀਆਂ ਦੀ ਲੜਾਈ ਹੈ, ਪੰਜਾਬ ਦੇ ਪੰਥ ਲਈ ਲੜਾਈ ਆ, ਪੰਜਾਬ ਦੇ ਦਲਿਤ ਔਰ ਪਛੜੇ ਲਈ ਲੜਾਈ ਆ, ਪੰਜਾਬ ਦੇ ਕਿਸਾਨ ਦੀ ਲੜਾਈ ਆ। ਇਹ ਲੜਾਈ ਮਾਨਯੋਗ ਸੁਖਵੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਰਲ ਕੇ ਲੜਨਾ ਚਾਹੁੰਦੇ ਆ। ਰਲ ਕੇ ਲੜ ਕੇ ਜਿੱਤ ਕੇ ਪੰਜਾਬ ਦੇ ਦਲਿਤ ਔਰ ਪਛੜੇ ਕਿਸਾਨ ਮਜ਼ਦੂਰ ਦਾ ਭਲਾ ਕਰਨਾ ਚਾਹੁੰਦੇ ਆ। ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਹਾਲਾਤਾਂ ਵਿੱਚ ਤੁਸੀਂ ਸਾਰੇ ਇਸ ਗੱਠਜੋੜ ਦਾ ਹੋ ਮਹਾ ਕੇ ਸਾਥ ਦਿਓਗੇ। ਤੇ ਜਿਹੜੀ ਕੈਪਟਨ ਦੀ ਧੌਣ ਤੇ ਗੋਡਾ ਰੱਖਣ ਲਈ ਅੱਜ ਅਸੀਂ ਆਏ ਹਾਂ, ਇਹ ਗੋਡਾ 2022 ਚ ਪੋਲੀਟੀਕਲੀ ਤੌਰ ਤੇ ਵੀ ਨਜ਼ਰ ਆਏਗਾ। ਇਹਨਾਂ ਸ਼ਬਦਾਂ ਨਾਲ ਲੰਬੀ ਗੱਲ ਨਾ ਰੱਖਦਾ ਹੋਇਆ, ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ, ਵਰਕਰ ਸਹਿਬਾਨ ਦਾ, ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ, ਜਿਨ੍ਹਾਂ ਨੂੰ ਰਾਤੀ 9 ਵਜੇ ਮੈਸੇਜ ਲਾਇਆ ਤੇ ਕਾਫੀ ਭਾਰੀ ਗਿਣਤੀ ਵਿੱਚ ਇੱਥੇ ਸ਼ਾਮਲ ਹੋਏ, ਇਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਹੋਇਆ ਫਤਿਹ ਬੁਲੰਦ ਕਰਦਾ ਆ।